ਸਤਿ ਸ਼੍ਰੀ ਅਕਾਲ ਸਰ, ਮੇਰਾ ਨਾਮ ਲਵਰੀਤ ਸਿੰਘ ਹੈ ਜੀ। ਪਿੰਡ ਮੇਰਾ ਦਾਨੇਵਾਲਾ, ਅਤੇ ਇਹ ਮੇਰਾ ਬਾਗ ਹੈ। ਮੇਰਾ ਹਿੰਦੂ ਮਲਕੋਟ ਵਿੱਚ ਬਾਗ ਹੈ ਜੀ, 6 ਸਾਲ ਦਾ ਬਾਗ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ, 1700 ਪਲਾਂਟ ਆ। ਅਤੇ ਇਹਦੇ ਵਿੱਚ ਐਤਕੀ ਰੱਬ ਦੀ ਮਿਹਰ ਰਹੀ ਆ, ਅਤੇ ਕੁਛ ਆਪਦੀ ਮਿਹਨਤ ਵੀ ਆ। ਕਾਫੀ ਅੱਛਾ ਫਰੂਟ ਆਇਆ, ਫਰੂਟ ਡਰੋਪ ਵੀ ਹੋਇਆ ਜਿਵੇਂ ਲੋਕਾਂ ਦੇ ਹੋਇਆ, ਪਰ ਮੇਰੇ ਕਾਫੀ ਫਰੂਟ ਖੜ੍ਹ ਰੁੱਕ ਗਿਆ, ਅਤੇ ਫਰੂਟ ਰੁਕਣ ਰੁੱਕ ਵੀ ਗਿਆ। ਅਤੇ ਫਰੂਟ ਦੀ ਕੁਆਲਿਟੀ ਬਹੁਤ ਅੱਛੀ ਆਈ ਆ, ਅਤੇ ਵਧੀਆ ਸਾਈਜ਼ ਬਣਿਆ, 1 ਸਰ ਸਾਈਜ਼ ਆ। ਉਹਦੇ ਮਗਰ ਕਈ ਕਾਰਨ ਆ ਜੀ, ਕੋਈ ਤਾਂ ਸਾਡੀ ਮਿਹਨਤ ਵੀ ਆ, ਅਤੇ ਕੁਛ ਥੋੜ੍ਹਾ ਜਿਹਾ ਇਸ ਵਾਰ ਨਵਾਂ ਟਰਾਈ ਕਰਨ ਦੀ ਕੋਸ਼ਿਸ਼ ਕਰੀ ਸੀ। ਮੈਨੂੰ ਰਿਕਮੈਂਡ ਕੀਤਾ ਕਰਿਆ ਸੀ ਕਿਸੇ ਸਾਡੇ ਪਿੰਡ ਦੇ ਬੰਦਿਆਂ ਨੇ ਵੀ ਤੁਸੀਂ ICL ਯੂਜ਼ ਕਰੋ ਪ੍ਰੋਡਕਟ, ਇਜ਼ਰਾਇਲ ਕੈਮੀਕਲ ਲਿਮਿਟਡ। ਅਤੇ ਫਿਰ ਮੈਂ ਪ੍ਰਵੇਸ਼ ਜੀ ਨਾਲ ਗੱਲ ਕਰੀ, ਅਤੇ ਇਹਨਾਂ ਨੇ ਮੈਨੂੰ ਥੋੜ੍ਹਾ ਗਾਈਡ ਕਰਿਆ, ਅਤੇ ਮੈਨੂੰ ਬਹੁਤ ਵਧੀਆ ਲੱਗੇ। ਮੈਂ ਜਿਵੇਂ ਦੇਖੋ ਤੁਸੀਂ ਸਾਈਜ਼ ਬਹੁਤ ਇੱਕ ਸਰ ਸਾਈਜ਼ ਆਇਆ ਸਾਰੇ ਬਾਗ 'ਚ, ਕੁਆਲਿਟੀ ਬਹੁਤ ਚੰਗੀ ਆਈ ਆ। ਅਤੇ ਮੈਂ ਇਹਨਾਂ ਨੂੰ ਆਖਿਆ, ਪ੍ਰਵੇਸ਼ ਜੀ ਤੁਸੀਂ ਇੱਕ ਵਾਰੀ ਸਾਡੇ ਖੇਤ ਵਿਜ਼ਿਟ ਕਰਕੇ ਜਾਓ, ਕਿਉਂਕਿ ਮੈਨੂੰ ਐਂ ਜੇ ਮੈਨੂੰ ਚੰਗਾ ਰਿਜ਼ਲਟ ਮਿਲਿਆ ਤਾਂ ਵੀ ਹੋ ਸਕਦਾ ਆਪਾਂ ਹੋਰ ਕਿਸਾਨਾਂ ਦੀ ਵੀ ਹੈਲਪ ਕਰ ਸਕੀਏ, ਅਤੇ ਉਹਨਾਂ ਨੂੰ ਵੀ ਸ਼ਾਇਦ ਕੋਈ ਇਸ ਤੋਂ ਗਾਈਡੈਂਸ ਮਿਲ ਜੇ, ਕੋਈ ਉਹਨਾਂ ਨੂੰ ਲੱਗੇ ਵੀ ਹਾਂ ਅਸੀਂ ਵੀ ਕੁਛ ਟਰਾਈ ਕਰ ਦਈਏ ਨਵਾਂ। ਅਤੇ ਮੈਨੂੰ ਬਹੁਤ ਚੰਗਾ ਲੱਗਿਆ ਰਿਜ਼ਲਟ, ਅਤੇ ਮੇਰਾ ਮੰਨਣਾ ਵੀ ਹਜੇ ਤਾਂ ਇਹਦੇ 'ਚ ਅਸੀਂ 2-3 ਪ੍ਰੋਡਕਟ ਯੂਜ਼ ਕਰਿਆ, ਹਜੇ ਤਾਂ ਅਜੇ ਸਾਡਾ ਸ਼ਡਿਊਲ ਅੱਧਾ ਹੀ ਹੋਇਆ, ਅਤੇ ਅੱਧਾ ਸ਼ਡਿਊਲ ਅਸੀਂ ਹੋਏ ਹੋਰ ਫੋਲੋ ਕਰਨਾ, ਅਤੇ ਮੈਨੂੰ ਲੱਗਦਾ ਜੇ ਪੂਰਾ ਸ਼ਡਿਊਲ ਫੋਲੋ ਹੋ ਗਿਆ ਨਾ, ਅਤੇ ਇਹ ਇੱਦੂ ਵੀ ਜ਼ਿਆਦਾ ਹੋਰ ਵੀ ਬੈਟਰ ਹੋ ਜੂਗਾ, ਅਤੇ ਨੈਕਸਟ ਈਅਰ ਮੈਨੂੰ ਲੱਗਦਾ ਵੀ ਅਸੀਂ ਇੱਦੂ ਵੀ ਚੰਗਾ ਹੋਰ ਵੀ ਵਧੀਆ ਪ੍ਰੋਡਿਊਸ ਪ੍ਰੋਡਕਸ਼ਨ ਲਵਾਂਗੇ ਇਸ ਤੋਂ। ਤੋ ਕਿਸਾਨ ਭਾਈਓ, ਆਜ ਹਮ ਜਿਸ ਬਾਗ ਮੇ ਹੈ, ਸਮਝ ਮੇ ਆ ਗਿਆ, ਆਜ ਹਮ ਜਿਸ ਫੜ ਲੋ ਕੋਨੇ, ਆਜ ਹਮ ਜਿਸ ਬਾਗ ਮੇ ਹੈ। ਨਮਸਕਾਰ ਕਿਸਾਨ ਭਾਈਓ, ਯੇ 1700 ਪਲਾਂਟਸ ਹੈ, 1700 ਪਲਾਂਟਸ ਹੈ ਆਜ ਹਮ ਜਿਸ ਬਾਗ ਮੇ ਖੜੇ ਹੈ, ਯੂਨੀਫਾਰਮ ਸਾਈਜ਼ ਹੈ, ਔਰ ਆਜ 24 ਮਈ 2022 ਕੇ ਆਜ ਕੇ ਦਿਨ ਯੇ ਬਾਗ ਠੇਕੇ ਵੀ ਲੱਗ ਚੁਕਾ ਹੈ, ਯੇ ਬਾਗ 39 ਲੱਖ ਮੇ ਠੇਕੇ ਲੱਗ ਚੁਕਾ ਹੈ, ਔਰ ਕਿਸਾਨ ਜੋ ICLs ਕੇ ਪ੍ਰੋਡਕਟ ਯੂਜ਼ ਕਰਕੇ ਬਹੁਤ ਜ਼ਿਆਦਾ ਖੁਸ਼ ਹੈ, ਔਰ ਜੈਸੇ ਕਿ ਟਾਈਮ ਟੂ ਟਾਈਮ ਹਮ ਜੋ ਕਿੰਨੋ ਕੇ ਉੱਪਰ ਹੋਰ ਏਰੀਆ ਮੇ ICLs ਜੋ ਕਾਮ ਕਰ ਰਹੇ, ਇਸਕੇ ਜੋ ਇਸ ਪੇ ਪ੍ਰੋਡਕਟਸ ਪੇ ਹਮ ਕਾਮ ਕਰ ਰਹੇ ਹੈ, ਤੋ ਕਿੰਨੋ ਕੇ ਰਿਗਾਰਡਿੰਗ ਜੋ ਹਮਾਰੇ ਨਿਊਟ੍ਰੀਸ਼ਨ ਮੈਨੇਜਮੈਂਟ ਸੇ ਸੰਬੰਧਿਤ ਔਰ ਜਾਣਕਾਰੀ ਪ੍ਰਾਪਤ ਕਰਨੇ ਕੇ ਲੀਏ ਹਮ ਹਮਾਰੇ ਯੂਟਿਊਬ ਚੈਨਲ ਕੇ ਰਾਹੀਂ ਜਾਣਕਾਰੀ ਪ੍ਰਾਪਤ ਕਰਤੇ ਰਹੇਂਗੇ। ਜ਼ਿਆਦਾ ਜਾਣਕਾਰੀ ਕਰਨੇ ਕੇ ਲੀਏ ਹਮਾਰਾ ਜੋ ਚੈਨਲ ਹੈ ਵੋ ਸਬਸਕ੍ਰਾਈਬ ਕਰੇ, ਲਾਈਕ ਕਰੇ, ਔਰ ਕਮੈਂਟ ਕਰੇ, ਔਰ ਸ਼ੇਅਰ ਕਰੇ। ਧੰਨਵਾਦ ਕਿਸਾਨ ਭਾਈਓ।